ਮੈਨੂੰ ਨਹੀਂ ਲੱਗਦਾ ਕੋਈ ਇਹ ਕੱਢਣਗੇ ਤਾਂ ਸਾਰੇ ਰਲੇ ਮਿਲੇ ਜੇ ਹੈਗੇ ਨੇ ਮੈਂ ਤਾਂ ਨਹੀਂ ਕਹਿੰਦਾ ਸਿੱਧੂ ਕਹਿ ਰਿਹਾ ਸਿੱਧੂ ਦੀ ਇਹ ਗੱਲ ਤਾਂ ਠੀਕ ਹੈ ਵੀ ਉਹਨਾਂ ਨੇ 50 ਦਿਨ ਹੋ ਗਏ ਕੋਈ ਕੰਮ ਕੋਈ ਨਹੀਂ ਕੀਤਾ ਹੁਣ ਤੱਕ ਦੇਖੋ ਗੱਲ ਇਹ ਹੈ ਅੱਜ ਮੈਂ ਵੀ ਦੇਖ ਕੇ ਆਇਆ ਰਸਤੇ 'ਚ ਬਹੁਤ ਅਜੇ ਫਸਲ ਖੜੀ ਵੀ ਹੈ ਔਰ ਮੰਡੀਆਂ 'ਚ ਵੀ ਬਹੁਤ ਗਰੱਟ ਆਇਆ ਪਿਆ ਜੇ ਹੁਣ ਇਹਨਾਂ ਨੂੰ ਬੰਦ ਕਰਨਾ ਮੰਡੀਆਂ ਬੰਦ ਕਰਨੀਆਂ ਤਾਂ ਆੜ੍ਹਤੀਆਂ ਨਾਲ ਅਤੇ ਕਿਸਾਨਾਂ ਨਾਲ ਤਾਂ ਕਈ ਅਨਰਾ ਇਸ ਕਰਕੇ ਮੈਂ ਅਪੀਲ ਵੀ ਕਰਦਾ ਸਰਕਾਰ ਨੂੰ ਕਿ ਇਸ ਤਰ੍ਹਾਂ ਜਲਦੀ ਨਾ ਕਰੋ ਮੰਡੀਆਂ ਨੂੰ ਐਵੇਂ ਜਿਵੇਂ ਚੱਲਦੀਆਂ ਰਹਿਣ ਦਿਓ ਜਿਹੜੇ ਪਿੰਡਾਂ 'ਚ ਨੇ ਤਾਂ ਕਿ ਉਹਨਾਂ ਦਾ ਕਿਸਾਨਾਂ ਦਾ ਵੀ ਅਤੇ ਆੜ੍ਹਤੀਆਂ ਦਾ ਜੋ ਦੁੱਖ ਹੈ ਉਹ ਦੂਰ ਹੋ ਸਕੇ ਅਤੇ ਨਹੀਂ ਆਪਣੇ ਤੌਰ 'ਤੇ ਚਿੱਠੀ ਵੀ ਲਿਖੂੰਗਾ ਮੈਂ ਕੱਲ੍ਹ ਨੂੰ ਪਰਮਿੰਦਰ ਨੂੰ ਵੀ ਕਹਾਂਗੇ ਕੱਲ੍ਹ ਸੈਸ਼ਨ ਹੈ ਉੱਥੇ ਵੀ ਸਵਾਲ ਉਠਾਏਗਾ ਅਤੇ ਆਪਾਂ ਹੁਣ ਨਵੀਂ ਪਾਰਟੀ ਬਣਾਈ ਸੰਯੁਕਤ ਅਤੇ ਇਹਦਾ ਹੁਣ ਕੀ ਸ਼ਡਿਊਲ ਹੈ ਅਗਲਾ ਕੀ ਪ੍ਰੋਗਰਾਮ ਲੈ ਕੇ ਆ ਰਹੇ ਹੋ ਦੇਖੋ ਅਸੀਂ ਲੋਕਾਂ ਦੀ ਇੱਕ ਇੱਛਾ ਹੈ ਕਿ ਜਿਹੜੀਆਂ ਪਾਰਟੀਆਂ ਨੇ ਇਹਨਾਂ ਤੋਂ ਬਿਨਾਂ ਕੋਈ ਫਰੰਟ ਆਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਾਫੀ 4-5 ਪਾਰਟੀਆਂ ਪਹਿਲਾਂ ਹੋਈਆਂ 5-6 ਪਾਰਟੀਆਂ ਹੋਰ ਤਿਆਰ ਨੇ ਸ਼ਾਇਦ 10 ਤਾਰੀਖ ਹੁਣੇ ਮੀਟਿੰਗ ਕਰੀਏ ਅਤੇ ਅਸੀਂ ਉਹ ਇੱਕ ਫਰੰਟ ਲਿਆ ਕੇ ਜਿਹੜਾ ਲੋਕਾਂ ਦੀ ਇੱਛਾ ਉਹਦੇ ਮੁਤਾਬਕ ਅਸੀਂ ਚਾਹੇ 10 ਪਾਰਟੀਆਂ ਹੋਣ ਅਤੇ ਅਸੀਂ ਇਕੱਠੇ ਹੋ ਕੇ ਸਾਰੇ ਫਰੰਟ ਬਣਾਵਾਂਗੇ ਤੁਹਾਡੇ ਨਾਲ ਕਿਸੇ ਪਾਰਟੀ ਦਾ ਸਮਝੌਤਾ ਹੋਣ ਦੇ ਆਸਾਰ ਨਹੀਂ ਅਜੇ ਅਜੇ ਜਿੰਨਾ ਚਿਰ ਹੋ ਨਾ ਜਾਏ ਨਾ ਕਿਸੇ ਦੀ ਕੋਈ ਗੱਲ ਨਹੀਂ ਹੈ ਨਹੀਂ ਸੀਟਾਂ ਦੀ ਮੰਗ ਤਾਂ ਹੀ ਜੇ ਹੋਊਗਾ ਪਹਿਲਾਂ ਨੰਬਰ 2 ਉਹ ਉਹਨਾਂ ਦੇ ਪਹਿਲਾਂ ਹੁੰਦਾ ਸੀ ਉਹ ਕਹੇ ਸੀ ਸਾਡੇ ਸਿੰਬਲ 'ਤੇ ਲੜੋ ਸੀਗਾ ਵੀ ਸਾਡੇ ਤੁਹਾਡੇ ਸਿੰਬਲ 'ਤੇ ਨਹੀਂ ਅਸੀਂ ਸਿੰਬਲ ਤਬਲੇ 'ਤੇ ਲੜਾਂਗੇ ਕੱਲ੍ਹ ਕੈਪਟਨ ਸਾਹਿਬ ਵੀ ਜੇ ਪਾਰਟੀ ਨਹੀਂ ਉਹਨਾਂ ਵੀ ਕਹਿਤਾ ਸੀ ਵੀ ਨਹੀਂ ਤੇਰੇ ਨਾਲ ਸਾਡੇ ਨਹੀਂ ਹੋ ਸਕਦੀ ਅਤੇ ਜਿੰਨਾ ਚਿਰ ਕਿਸਾਨੀ ਦਾ ਮਸਲਾ ਹੱਲ ਨਹੀਂ ਹੁੰਦਾ ਸਾਡਾ ਕੋਈ ਬਹੁਤਾ ਹੈ ਨਹੀਂ ਇਲੈਕਸ਼ਨ ਦਾ ਕਿ ਕਿਸੇ ਅਸੀਂ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਹੀ ਚੱਲੇ ਹਾਂ ਪਹਿਲਾਂ ਵੀ ਹੁਣ ਵੀ ਕਿਸਾਨਾਂ ਦੇ ਨਾਲ ਚੱਲੇ ਅਤੇ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ ਜੀ ਸੰਯੁਕਤ ਪਾਰਟੀ ਨਹੀਂ ਅਸੀਂ ਸਾਰੀਆਂ ਸੀਟਾਂ 'ਤੇ ਲੜਾਂਗੇ ਸਾਰੇ ਇਕੱਠੇ ਹੋ ਕੇ ਲੜਾਂਗੇ ਸਾਰੀਆਂ ਸੀਟਾਂ 'ਤੇ 117 ਦੀ 117 ਲੜਾਂਗੇ ਜਿਵੇਂ ਪਰਮਿੰਦਰ ਜੀ ਕਹਿ ਰਹੇ ਅਸੀਂ 50 'ਤੇ ਲੜਾਂਗੇ ਜੀ ਨਹੀਂ ਉਹ ਤਾਂ ਸਾਡੀ ਪਾਰਟੀ ਕਹਿੰਦਾ ਨਾ ਅੱਛਾ ਜੀ ਫਿਰ ਲੇਕਿਨ ਸਾਰੀਆਂ ਸੀਟਾਂ ਦਾ ਗਰੁੱਪ ਜਿਹੜਾ ਬਣੂਗਾ ਸਾਡਾ ਗਰੁੱਪ ਬਣਾ ਉਹ ਤਾਂ ਸਾਰੀਆਂ ਦਾ ਲੜੂਗਾ ਅਤੇ ਕਦੋਂ ਐਲਾਨ ਕਰ ਦਾਂਗੇ ਆਪਾਂ ਉਮੀਦਵਾਰ ਕਿਸੇ ਦਾ ਕਿਸੇ ਇੱਕ ਉਮੀਦਵਾਰ ਦਾ ਤਾਂ ਨਹੀਂ ਕਰਦੇ ਹਲਕਾ ਇੰਚਾਰਜਾਂ ਦਾ ਕਰਾਂਗੇ ਜੀ ਹਲਕਾ ਇੰਚਾਰਜ ਦਾ ਕੋਲ ਤਾਂ ਕਰ ਦਾਂਗੇ ਉਹ ਵੀ ਹੁਣ ਦੂਜਿਆਂ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਕੁਛ ਸੀਟਾਂ ਹੁਣ ਕਰ ਦਿਆਂਗੇ ਕੁਛ ਫਿਰ ਉਹਨਾਂ ਨਾਲ ਸਲਾਹ ਕਰਕੇ ਕਰਾਂਗੇ ਤੁਸੀਂ ਏਜੰਡਾ ਕੀ ਲੈ ਕੇ ਜਾਓਗੇ ਲੋਕਾਂ 'ਚ ਏਜੰਡੇ ਤਾਂ ਸਾਡੀ ਕਮੇਟੀ ਬਣ ਗਈ ਜਸਟਿਸ ਨਿਰਮਲ ਸਿੰਘ ਦੀ ਚੇਅਰਮੈਨਸ਼ਿਪ ਥੱਲੇ ਔਰ ਉਹ ਏਜੰਡਾ ਵੀ ਬਣਾ ਰਹੇ ਨੇ ਮੈਨੀਫੈਸਟੋ ਵੀ ਬਣਾ ਰਹੇ ਨੇ ਮੈਂ ਉਹਨੂੰ ਕਿਹਾ ਵੀ ਜਲਦੀ ਲਿਆਓ ਅਤੇ ਸਾਡੇ ਵਰਕਰ ਵੀ ਕਹਿੰਦੇ ਨੇ ਵੀ ਏਜੰਡੇ ਜਲਦੀ ਕਰੋ ਦੇਖੋ ਏਜੰਡੇ 2-3 ਤਾਂ ਹੈ ਕੀ ਹੈਗੇ ਨੇ ਇੱਕ ਤਾਂ ਧਾਰਮਿਕ ਏਜੰਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦਾ ਅਜੇ ਤੱਕ ਨਾ ਉਹਨਾਂ ਨੇ ਦਿੱਤਾ ਬਾਦਲ ਕਹਿ ਰਹੇ ਹਿਸਾਬ ਕਿਤਾਬ ਅਤੇ ਨਾ ਹੀ ਕੈਪਟਨ ਨੇ ਕੁਛ ਕੀਤਾ ਫਿਰ ਲੈਣਗੇ ਤਾਂ ਹੀ ਆ ਸਿੱਧੂ ਨੂੰ ਤਾਂ ਪਰ ਸਿੱਧੂ ਕਹਿੰਦਾ ਇੰਨਾ ਕਰ ਹੀ ਨਹੀਂ ਰਿਹਾ ਕੁਛ ਮੈਂ ਤਾਂ ਨਹੀਂ ਕਹਿੰਦਾ ਸਿੱਧੂ ਕਹਿ ਰਿਹਾ ਸਿੱਧੂ ਦੀ ਇਹ ਗੱਲ ਤਾਂ ਠੀਕ ਹੈ ਵੀ ਉਹਨਾਂ ਨੇ 50 ਦਿਨ ਹੋ ਗਏ ਕੋਈ ਕੰਮ ਕੋਈ ਨਹੀਂ ਕੀਤਾ ਹੁਣ ਤੱਕ ਕੁਛ ਬਿਕਰਮਜੀਤ ਸਿੰਘ ਜਿਹੜੇ ਹੈਗੇ ਸੀ ਉਹਨੂੰ ਬਹਾਲ ਵੀ ਕਰਤਾ ਚੰਨੀ ਸਰਕਾਰ ਉਹੀ ਤਾਂ ਮੈਂ ਕਹਿੰਦਾ ਵੀ ਇਹ ਤਾਂ ਕੋਈ ਉਹ ਪਾਲਿਸੀ ਤਾਂ ਕਾਂਗਰਸ ਦੀ ਉਹੀ ਚੱਲਦੀ ਹੈ ਜਿਹੜੀ ਪੁਰਾਣੀ ਚੱਲਦੀ ਹੈ ਚੰਨੀ ਸਰਕਾਰ ਨੇ 18 ਤਰੀਕ ਨੂੰ ਰਿਪੋਰਟ ਸੌਂਪਣ ਦੀ ਗੱਲ ਕਹੀ ਹੈ ਵੀ ਜਿਹੜੀ ਐਸਟੀਐਫ ਦੀ ਰਿਪੋਰਟ ਹੈਗੀ ਹੈ ਨਸ਼ਿਆਂ ਦੀ ਜੋ ਸੌਂਪੀ ਜਾਊਗੀ ਨਹੀਂ ਸੌਂਪਣ ਨਹੀਂ ਉਹਨੇ ਕਿਹਾ ਵੀ ਉੱਦਣ ਜਿਹੜੀ ਨਹੀਂ ਉਹਦਾ ਜਿਹੜਾ 18 ਜਿਹੜਾ ਹੈਗਾ ਨਾ ਉਹਦਾ ਲਿਫਾਫਾ ਖੁੱਲ੍ਹਣਾ ਕਹਿੰਦੇ 18 ਨੂੰ ਕੀ ਲੱਗਦਾ ਉਹਦੇ ਵਿੱਚ ਕੀ ਹੋਊਗਾ ਇਹ ਤਾਂ ਕੀ ਪਤਾ ਹਲੇ ਉਹ ਤਾਂ ਖੁੱਲ੍ਹੇ ਤਾਂ ਪਤਾ ਲੱਗੂ ਜਿਵੇਂ 4.5-4 ਸਾਲ ਲੰਘੇ 4.5-5 ਸਾਲ ਲੰਘੇ ਕੀ ਲੱਗਦਾ ਵੀ ਕੁਛ ਨਿਕਲੂਗਾ ਮੈਨੂੰ ਨਹੀਂ ਲੱਗਦਾ ਕੋਈ ਇਹ ਕੱਢਣਗੇ ਤਾਂ ਸਾਰੇ ਰਲੇ ਮਿਲੇ ਜੇ ਹੈਗੇ ਨੇ ਅਸੀਂ SGPC ਨੂੰ ਕੈਪਟਨ ਸਾਹਿਬ ਨੂੰ ਅਸੀਂ ਬੜਾ ਜ਼ੋਰ ਲਾਇਆ ਵੀ ਤੁਸੀਂ SGPC ਕਰਾ ਦਿਓ ਨਹੀਂ ਕਰਾਏ 8 ਮਹੀਨੇ 9 ਮਹੀਨੇ 8 ਮਹੀਨੇ ਹੋ ਗਏ ਸੀ ਉਹਨੂੰ ਕਮਿਸ਼ਨ ਬਣੇ ਨੂੰ ਸੈਂਟਰ ਦਾ ਕਮਿਸ਼ਨ ਬਣਾਤਾ ਸੀ ਦਫ਼ਤਰ ਇਹਨਾਂ ਨੂੰ ਦੇਣਾ ਸੀ ਸਟਾਫ ਇਹਨਾਂ ਨੂੰ ਦੇਣਾ ਸੀ ਨਹੀਂ ਦਿੱਤਾ ਅਤੇ ਹੁਣ 29 ਤਰੀਕ ਦੀ ਚੋਣ ਹੋ ਰਹੀ ਸੀ ਪ੍ਰਧਾਨਗੀ ਦੀ ਸ਼੍ਰੋਮਣੀ ਕਮੇਟੀ ਦੀ ਉਹ 'ਚ ਆਪਾਂ ਕੀ ਰੋਲ ਮਾਵਾਂਗੇ ਨਹੀਂ ਉਹਦੇ 'ਚ ਤਾਂ ਅਸੀਂ ਤਾਂ ਇਹ ਹੁੰਦਾ ਕਿ ਸਾਡੀ ਕੋਈ ਕਮੇਟੀ 'ਚ ਐਗਜੈਕਟਿਵ 4 ਜਣ ਬੰਦੇ ਹੋਰ ਤਾਂ ਸਾਡਾ ਹੋਰ ਕੋਈ ਬਹੁਤਾ ਰੋਲ ਨਹੀਂ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਜੀ ਲੱਗਦਾ ਪੰਜਾਬ ਸਰਕਾਰ ਵੀ ਘਟਾਏਗੀ ਲਗਾਤਾਰ ਜ਼ਰੂਰ ਘਟਾਉਣੀ ਚਾਹੀਦੀ ਹੈ ਉਹਨੂੰ ਕਿਉਂ ਬਾਕੀ ਜਦੋਂ ਸਟੇਟਾਂ ਨੇ ਘਟਾਤੇ ਉਹ ਕਿਉਂ ਨਹੀਂ ਘਟਾਏਗੀ ਔਰ ਉਹਦਾ ਆ ਵੀ ਰਿਹਾ ਵੀ ਹਾਂ ਅਸੀਂ ਘਟਾ ਰਹੇ ਹਾਂ ਪੰਜਾਬ ਦੇ ਬਾਕੀ ਰੂਹ
दूसरे लोगो कार्ड के शीर्ष पर हो और यदि आप अपना कार्ड फ्लिप करते हो करने के लिए स्क्रीन विकल्पों की श्रृंखला प्रदर्शित करेगा। यदि आप नकद निकालना चाहते हैं तो नकदी निकालने के विकल्प का दबाएं। फिर एटीएम मशीन आपको लेन देन पर्ची की हार्ड कॉपी के लिए पूछेगी। अपनी इच्छा के अनुसार हाँ या ना का को चुनना होगा। बाहर निकलने के लिए बाहर निकले दबाएं और अगर ये एक मोटराइज्ड कार्ड स्लॉट है